मंत्री तृप्ता राजेंद्र सिंह बाजवा के महकमे में काम कर रहे पंजाब भर के पंचायत समिति मुलाजिमों द्वारा सरकार की तानाशाही के खिलाफ एक मीटिंग लुधियाना में रखी गई। पंचायत सेक्रेटरी के पद पर तैनात मुलाजिमों का कहना है कि उन्हें लंबे समय से तनख्वाह नहीं मिल पा रही और इलेक्शन से पहले सरकार ने जो वादा किया था उस पर सरकार कोई ध्यान नहीं दे रही। अज जी असं ये मीटिंग ली कट के तकरीबन इकट्ठे हो साडियां मेन मन मंगा जिवें मैनूं तकरीबन 25 साल हो गए महकमे च नौकरी करदे नूं। असीं 25 साल दे विच कदे इह नहीं होया वी सानूं लगातार कदे 3 महीने जां 4 महीने इकट्ठी तनखाह मिली आ। सानूं कई कई महीने तनखाहां लई तरसना पैंदा। CPF साडा जमा नहीं हुंदा, तनखाह नहीं मिलदी तां साडा CPF नहीं जमा हुंदा, CPF जमा नहीं हुंदा साडे ब्याज मरदे आ। उस तों बाद पैनशन आ जिहड़ी साडे ਉਹ ਲਾਗੂ ਸਾਡੇ 'ਤੇ ਕੀਤੀ ਨਹੀਂ ਜਾਂਦੀ, ਜਦਕਿ ਹਾਈ ਕੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇੱਕ ਆਰਡਰ ਕੀਤਾ ਹੋਇਆ ਵੀ ਇਹਨਾਂ 'ਤੇ ਪੈਨਸ਼ਨ 470 ਜਿਹੜੇ ਸਾਡੇ ਗਰੁੱਪ ਬਾਅਦ ਦੇ ਭਰਤੀ ਨੇ ਉਹਨਾਂ 'ਤੇ ਲਾਗੂ ਕੀਤੀ ਜਾਵੇ। ਮਹਿਕਮਾ ਸਾਡੇ ਨਾਲ ਐਡਾ ਜਾਣੀ ਮਾੜਾ ਵਿਵਹਾਰ ਕਰ ਰਿਹਾ ਅਤੇ ਉਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਮੰਨਣ ਨੂੰ ਤਿਆਰ ਨਹੀਂਗਾ ਵੀ ਹਾਂ ਇਹ ਪੈਨਸ਼ਨ ਲਾਗੂ ਕੀਤੀ ਜਾਣੀ। ਦੇਖੋ ਜੀ, ਇਹ ਅੱਜ ਜੋ ਅਸੀਂ ਇੱਥੇ ਇੱਕ ਮੀਟਿੰਗ ਰੱਖੀ ਆ, ਸਾਡੇ ਪੰਜਾਬ ਦੇ ਪੂਰੇ ਸੰਮਤੀ ਮੁਲਾਜ਼ਮ ਪੰਚਾਇਤ ਸਕੱਤਰ ਉਹਨਾਂ ਦੀਆਂ ਬਹੁਤ ਸਾਰੀਆਂ ਭਖਦੀਆਂ ਮੰਗਾਂ ਨੂੰ ਦੇਖਦਿਆਂ ਹੋਇਆ ਸਾਨੂੰ ਅੱਜ ਇਸ ਲੁਧਿਆਣੇ ਵਿੱਚ ਇਹ ਮੀਟਿੰਗ ਰੱਖਣੀ ਪਈ। ਉਹਦੇ ਵਿੱਚ ਪੂਰੇ ਪੰਜਾਬ ਦੀ ਇਹ ਮੀਟਿੰਗ ਆ ਜਿਸ ਦੇ ਵਿੱਚ ਸਾਡੇ ਮੁਲਾਜ਼ਮਾਂ ਨੂੰ ਜਿਹੜੀਆਂ ਤਨਖਾਹ ਮੇਨ ਗੱਲ ਜਿਹੜੀ ਤਨਖਾਹ ਹੁੰਦੀ ਹੈ ਜਿਹੜੀ ਕਿ ਰੈਗੂਲਰ ਮਿਲਣੀ ਚਾਹੀਦੀ ਆ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਪੂਰੇ ਪੰਜਾਬ ਦੇ ਵਿੱਚ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਕਿ ਸਰਕਾਰ ਵੱਲੋਂ ਪੁਰਾਣੀ ਜਿਹੜੀ ਪੈਨਸ਼ਨ ਆ ਉਹ ਬੰਦ ਕਰ ਦਿੱਤੀ ਗਈ ਸੀ ਉਹਦੇ ਬਾਰੇ ਅਸੀਂ ਇਸ ਦੇ ਵਿੱਚ ਬਹੁਤ ਹੀ ਗੰਭੀਰਤਾ ਦੇ ਨਾਲ ਇਹਨੂੰ ਵਿਚਾਰ ਕਰਾਂਗੇ। ਇਸ ਤੋਂ ਇਲਾਵਾ ਸਾਡੇ ਪੰਚਾਇਤ ਸਮਿਤੀ ਮੁਲਾਜ਼ਮਾਂ ਦਾ ਜੋ ਹੁੰਦਾ ਸਾਡਾ CPF ਉਹਦੇ 'ਤੇ ਜਿਹੜਾ ਵਿਆਜ ਹੈ ਨਾ ਬਹੁਤ ਘੱਟ ਲੱਗਦਾ, ਜਿਸ ਤਰ੍ਹਾਂ 4% ਆ ਜਿਹੜੇ ਦੂਸਰੇ ਮੁਲਾਜ਼ਮ ਆ ਉਹਨਾਂ 'ਤੇ 9% ਲੱਗਦਾ, ਮਤਲਬ ਅੱਧ ਤੋਂ ਵੀ ਘੱਟ ਲੱਗਦਾ। ਇਸ ਤੋਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਆ, ਜਿਸ ਤਰ੍ਹਾਂ ਸਾਡੇ ਮੁਲਾਜ਼ਮਾਂ ਨੂੰ ਬਿਨਾਂ ਦੱਸੇ ਜਾਂ ਬਿਨਾਂ ਕਿਸੇ ਕਾਰਨ ਉਹਨਾਂ ਨੇ 200 ਕਿਲੋਮੀਟਰ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਬਦਲੀਆਂ ਜਿਹੜੀਆਂ ਉਹ ਕਰ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਕਰਕੇ ਉਹਨਾਂ ਨੂੰ ਬਹੁਤ ਸਾਰਾ ਜਿਹੜਾ ਆ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਅੱਜ ਅਸੀਂ ਪੂਰੇ ਪੰਜਾਬ ਦੀ ਜਿਹੜੀ ਮੀਟਿੰਗ ਇਹ ਰੱਖੀ। ਉਸ ਤੋਂ ਬਾਅਦ ਅੱਜ ਦੀ ਜਿਹੜੀ ਅਸੀਂ ਮੀਟਿੰਗ ਕਰਾਂਗੇ ਇਹਦੇ ਵਿੱਚ ਜੋ ਵੀ ਸਾਡੀਆਂ ਸਾਰੀ ਪੂਰੀ ਪੰਜਾਬ ਦੀ ਜਿਹੜੇ ਸਾਡੇ ਮੁਲਾਜ਼ਮ ਜਿਹੜੇ ਇਕੱਠੇ ਹੋਏ ਆ, ਫਿਰ ਸਾਡੀ ਇੱਕ ਜਿਹੜੀ ਮੁਲਾਜ਼ਮ ਜਿਹੜੀ ਸਾਡੀ ਯੂਨੀਅਨ ਆ ਉਹ ਜੋ ਅਸੀਂ ਬੈਠ ਕੇ ਫੈਸਲਾ ਲਵਾਂਗੇ ਫਿਰ ਉਹਦਾ ਪ੍ਰੋਗਰਾਮ ਅੱਗੇ ਲਿਖਾਂਗੇ। ਅੱਜ ਪੰਜਾਬ ਦੇ ਪੰਚਾਇਤ ਸਮਿਤੀ ਦੇ ਮੁਲਾਜ਼ਮ, ਪੰਚਾਇਤ ਸਕੱਤਰ ਵੀਰ, ਸਾਡੇ ਸਮਿਤੀ ਕਲਰਕ, ਸਾਰੇ ਟੋਟਲ ਪੰਚਾਇਤ ਸਮਿਤੀ ਮੁਲਾਜ਼ਮਾਂ ਦੀ ਅੱਜ ਮੀਟਿੰਗ ਰੱਖੀ ਗਈ ਸੀ। ਇਹਦੇ ਵਿੱਚ ਸਾਡੇ ਨਾਲ ਸਰਕਾਰ ਨੇ ਪਿਛਲੇ ਸਾਲ ਇੱਕ ਵਾਅਦਾ ਕੀਤਾ ਸੀ, ਉਹ ਆ ਵਾਅਦਾ ਹੈ ਜੀ, ਜਿਹਦੇ ਵਿੱਚ ਸਾਰੇ ਅਫਸਰਾਂ ਦੇ ਸਾਈਨ ਕੀਤੇ ਹੋਏ ਆ ਟੋਟਲ, ਅਤੇ ਸਾਨੂੰ ਇਹਨਾਂ ਨੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਅਸੀਂ ਲਾਗੂ ਕਰ ਦਾਂਗੇ। ਇਹ ਸਾਨੂੰ ਹੁਣ ਤੱਕ ਨਾ ਤਾਂ ਤਨਖਾਹਾਂ ਦਾ ਮੁੱਦਾ ਮਸਲਾ ਹੱਲ ਹੋਇਆ ਅਤੇ ਨਾ ਸਾਡਾ ਪ੍ਰਮੋਸ਼ਨ ਚੈਨਲ ਦਾ, ਉਹ ਉਵੇਂ ਦੇ ਉਵੇਂ ਹੀ ਪਏ ਨੇ। ਉਹਦੇ ਸੰਬੰਧ ਦੇ ਵਿੱਚ ਅਸੀਂ ਅਗਲੀ ਜਿਹੜੀ ਰਣਨੀਤੀ ਹੈ, ਪਿੱਛੇ ਕੁਝ ਇਲੈਕਸ਼ਨਾਂ ਕਰਕੇ ਸਾਨੂੰ ਥੋੜ੍ਹਾ ਡਿਲੇਅ ਕਰਨਾ ਪੈ ਗਿਆ ਸੀ, ਪਰ ਹੁਣ ਜਿਹੜੀ ਅਗਲੀ ਰਣਨੀਤੀ ਆ ਉਹ ਸਖ਼ਤ ਰੁੱਖ ਦੇ ਵਿੱਚ ਅਪਣਾਈ ਜਾਊਗੀ।